ਸੋ ਬਾਟ ਇਸ ਵਰੇ ਕੁੱਲ ਚੌਤੀ ਫਿਲਮਾਂ ਬੜੀਆਂ ਜਿਨ੍ਹਾਂ ਵਿੱਚ ਉਰਦੂ ਦੀਆਂ 30 ਤੇ ਪੰਜਾਬੀ ਦੀਆਂ ਚਾਰ ਫਿਲਮਾਂ ਸ਼ਾਮਲ ਸਨ ਇਹਨਾਂ ਵਿੱਚ ਇੱਕ ਫਿਲਮ ਟਾਕੇ ਤੋਂ ਬਣਨ ਵਾਲੀ ਵੀ ਸੀ ਟਾਕੇ ਤੋਂ ਬਣਨ ਵਾਲੀ ਇਹ ਉਰਦੂ ਫਿਲਮ ਸੀ ਇਸੇ ਵਾਸਤੇ ਇਸ ਦਾ ਜ਼ਿਕਰ ਸਾਨੂੰ ਮਿਲਿਆ ਹੈ ਜੇ ਇਹ ਫਿਲਮ ਬੰਗਾਲੀ ਹੁੰਦੀ ਤੇ ਖੌਰੇ ਇਸ ਦਾ ਜ਼ਿਕਰ ਵੀ ਨਾ ਕੀਤਾ ਜਾਂਦਾ ਕਿਉਂਕਿ ਪਾਕਿਸਤਾਨ ਦੀ ਫਿਲਮੀ ਤਵਾਰੀਖ ਅੰਦਰ ਸਾਨੂੰ ਕਿਤੇ ਵੀ ਬੰਗਾਲੀ ਫਿਲਮਾਂ ਦਾ ਜ਼ਿਕਰ ਨਹੀਂ ਮਿਲਦਾ ਬੰਗਾਲੀ ਜਾਂ ਬੰਗਲਾ ਬੋਲੀ ਦੇ ਹਵਾਲੇ ਨਾਲ ਇਸ ਸਾਲ ਦੋ ਵੱਡੇ ਕੰਮ ਹੋਏ ਪਹਿਲਾ ਇਹ ਕਿ ਇਸ ਸਾਲ ਨਿਗਾਰ ਐਵਾਰਡ ਵਾਲਿਆਂ ਉਰਦੂ ਤੋਂ ਵੱਖ ਪਾਕਿਸਤਾਨ ਦੀ ਮਕਾਮੀ ਕੌਮੀ ਬੋਲੀ ਦੀ ਬੰਗਲਾ ਫਿਲਮ ਨੂੰ ਵੀ ਕਿਸੇ ਐਵਾਰਡ ਵਾਸਤੇ ਚੁਣਿਆ 9 ਅਗਸਤ 1962 ਨੂੰ ਬੰਗਾਲੀ ਫਿਲਮ ਸ਼ਿਰਜੋਸ਼ ਨਾਨ ਦੇ ਫਿਲਮਸਾਜ਼ ਨੂੰ ਬੇترین ਬੰਗਲਾ ਫਿਲਮ ਦਾ ਐਵਾਰਡ ਦਿੱਤਾ ਗਿਆ ਇਸੇ ਬਾਰੇ ਮੁਲਕ ਵਿੱਚੋਂ ਸਿੱਧੀ ਮਾਰਸ਼ਲ ਲਾ ਮੁਕੰਨ ਮਗਰੋਂ 3 ਜੂਨ 1962 ਨੂੰ ਉਰਦੂ ਅਤੇ ਬੰਗਲਾ ਜ਼ੁਬਾਨਾਂ ਦੇ ਮਰਕਜ਼ੀ ਬੋਰਡ ਬਣਾਏ ਗਏ ਜਿਨ੍ਹਾਂ ਦੇ ਚੇਅਰਮੈਨ ਬੜੀ ਵਾਰ ਜਸਟਿਸ ਐਸ ਏ ਰਹਿਮਾਨ ਤੇ ਜਸਟਿਸ ਐਸ ਐਮ ਮੁਰਸ਼ਦ ਚੇਅਰਮੈਨ ਤੇ ਸਦਰ ਪਾਕਿਸਤਾਨ ਮੁਹੰਮਦ ایਯੂਬ ਖਾਨ ਸਰਪ੍ਰਸ ਮਿਥੇਗੇ 7 ਸਤੰਬਰ 1982 ਨੂੰ ਇਸੇ ਬੋਰਡ ਦਾ ਨਾਮਟਾ ਕੇ ਉਰਦੂ ਸਾਇੰਸ ਬੋਰਡ ਕਰ ਦਿੱਤਾ ਗਿਆ। ਇਸ ਵੇ ਪੱਛਮੀ ਪਾਕਿਸਤਾਨ ਵਿੱਚ ਬਣਨ ਵਾਲੀਆਂ ਫਿਲਮਾਂ ਵਿੱਚੋਂ ਔਲਾਦ ਬੰਜਾਰਨ ਚੰਦਾ ਸ਼ਹੀਦ ਕੈਦੀ ਤੇ ਚੌਧਰੀ ਨੂੰ ਕਾਮਯਾਬ ਮਿਠਿਆ ਗਿਆ। ਇਹਨਾਂ ਕਾਮਯਾਬ ਫਿਲਮਾਂ ਵਿੱਚੋਂ ਪੰਜ ਉਰਦੂ ਤੇ ਇੱਕ ਪੰਜਾਬੀ ਸੀ। ਕਾਮਯਾਬ ਫਿਲਮਾਂ ਵਿੱਚੋਂ ਬੰਜਾਰਨ ਦੀ ਕਾਮਯਾਬੀ ਨੀਲੋ ਦੀ ਅਦਾਕਾਰੀ ਉੱਤੇ ਸੀ। ਉਹਦੀ ਅਦਾਕਾਰੀ ਨੂੰ ਲੋਕਾਂ ਬਹੁਤ ਪਸੰਦ ਕੀਤਾ ਤੇ ਇਸੇ ਕਾਰਨ ਇਹ ਫਿਲਮ ਕਾਮਯਾਬ ਹੋਈ। ਕੈਦੀ ਭਾਵੇਂ ਇੱਕ ਕਾਮਯਾਬ ਫਿਲਮ ਸੀ ਪਰ ਇਸ ਦੇ ਪੱਲੂ ਉੱਤੇ ਨਕਲ ਦਾ ਦਾਗ ਜ਼ਰੂਰ ਹੈ। ਇਸ ਫਿਲਮ ਨੂੰ ਏ ਆਰ ਕਾਰਦਾਰ ਹੁਰਾਂ ਪਹਿਲੋਂ 1938 ਵਿੱਚ ਬਣਾਇਆ। ਇਸ ਤੋਂ ਮਗਰੋਂ 1962 ਵਿੱਚ ਇੱਕ ਵਾਰ ਮੋੜ ਫਿਲਮਾਇਆ ਗਿਆ ਤੇ ਇਹ ਇੱਕ ਕਾਮਯਾਬ ਫਿਲਮ ਸਾਬਤ ਹੋਈ। اولاد ਨਾ ਦੀ ਫਿਲਮ ਮੀ ਕਾਮਯਾਬ ਗਿਣੀ ਜਾਂਦੀ ਏ। ਇਸ ਫਿਲਮ ਵਿੱਚ ਵਹੀਦ ਮੁਰਾਦ ਨੂੰ ਪਹਿਲੀ ਵਾਰ ਲੋਕਾਂ ਸਕਰੀਨ ਉੱਤੇ ਵੇਖਿਆ। ਇੰਜ ਹੀ ਮਹਿਬੂਬ ਵਿੱਚ ਆਉਣ ਵਾਲੇ ਵੇਲਿਆਂ ਦੀ ਨਾਮਵਰ ਹਿਰਵਨ ਰਾਣੀ ਪਹਿਲੀ ਵਾਰ ਹਿਰਵਨ ਆਈ। ਚਿਰਾਗ ਜਲਦਾ ਰਹਾ ਇਸ ਪੱਖੋਂ ਜ਼ਿਕਰ ਜੋਗ ਹੈ ਭਈ ਇਸ ਫਿਲਮ ਵਿੱਚ ਜ਼ੇਬਾ ਦੀਬਾ ਮੁਹੰਮਦ ਅਲੀ ਤੇ ਕਮਾਲ ইরਾਨੀ ਪਹਿਲੀ ਵਾਰ ਫਿਲਮ ਵਿੱਚ ਆਏ ਇਸ ਫਿਲਮ ਮਗਰੋਂ ਇਹ ਸਾਰੇ ਲੋਕ ਕਰਾਚੀ ਤੋਂ ਲਾਹੌਰ ਆ ਗਏ ਤੇ ਫਿਰ ਇੱਥੇ ਹੀ ਆਪਣਾ ਪੂਰਾ ਜੀਵਨ ਬਤਾਇਆ ਅਜ਼ਰਾ ਭਾਵੇਂ ਇੱਕ ਨਾਕਾਮ ਫਿਲਮ ਸੀ ਪਰ ਇਸ ਦੇ ਗੀਤ ਅੱਜ ਵੀ ਪੂਰੇ ਚਾ ਨਾਲ ਸੁਣੇ ਜਾਂਦੇ ਹਨ 1962 ਵਿੱਚ ਬਣਨ ਵਾਲੀ ਇਸ ਫਿਲਮ ਵਿੱਚ ਇੱਕ ਮਿਸਰੀ ਕੁੜੀ ਦਾ ਅੱਧ ਨੰਗਾ ਨਾਚ ਵੀ ਵਿਖਾਇਆ ਗਿਆ ਪਾਕਿਸਤਾਨੀ ਫਿਲਮਾਂ ਵਿੱਚ ਅੱਧ ਨੰਗਾ ਨਾਚ ਇਸ ਤੋਂ ਪਹਿਲੇ ਕਿਸੇ ਫਿਲਮ ਵਿੱਚ ਨਹੀਂ ਸੀ ਵਿਖਾਇਆ ਗਿਆ ਇੰਜ ਪਾਕਿਸਤਾਨੀ ਫਿਲਮਾਂ ਵਿੱਚ ਨਗੇਜ ਦਾ ਇਹ ਪੱਥਰ ਉਰਦੂ ਦੀ ਇਸ ਫਿਲਮ ਤੋਂ ਰੱਖਿਆ ਗਿਆ ਉਸ ਸਾਲ ਭਾਵੇਂ ਲੋਕਾਂ ਪਸੰਦ ਨਹੀਂ ਕੀਤੀ ਪਰ ਫਿਲਮ ਪਾਰਖਾਂ ਇਸ ਨੂੰ ਇੱਕ ਚੰਗੀ ਫਿਲਮ ਮੰਨਿਆ ਤੇ ਇਸ ਨੂੰ ਐਵਾਰਡ ਵਾਸਤੇ ਚੁਣਿਆ ਗਿਆ ਇਸ ਵਰੇ ਦੀਆਂ اہم ਫਿਲਮਾਂ ਵਿੱਚ ਪਹਿਲੀ ਫਿਲਮ ਸ਼ਹੀਦ ਇਸ ਦੀ ਕਹਾਣੀ ریاض ਸ਼ਾਹਿਦ ਹੋਰਾ ਲਿਖੀ ਤੇ ਅਰਬ ਦੇਸ਼ਾਂ ਵਿੱਚ ਹੋਣ ਵਾਲੇ ਖੂਨ ਖਰਾਬੇ ਨੂੰ ਮੁੱਖ ਰੱਖਿਆ ਜਦੋਂ ਅਰਬਾਂ ਨੂੰ ਲਾਰੈਂਸ ਆਫ ਅਰੇਬੀਆ ਦੀ ਸਾਜਨਾ ਹੇਠ ਵੰਡਿਆ ਜਾ ਰਿਹਾ ਸੀ ਇਸ ਫਿਲਮ ਦੇ ਗੀਤਕਾਰਾਂ ਵਿੱਚ تنویر نقوی فازمَت فاز मुनीर नियाजी ते तुफ़ैल होशियार पुरी दे ना आउंदे हन जत के संगीत रशीद अत्रे होरा दित्ता इस फिल्म दे दो मशहूर गीत इंज हन निसार मैं तेरी गलियों के ऐ वतन के जहां चली है रस्म के कोई ना सर उठा के चले फ़ैज़ फैजमत फैज नंबर दो उस बेवफा का शहर है और हम हैं दोस्तों मुनीर नियाजी इस फिल्म नु कुल ਨੋ ਅਵਾਰਡ ਮਿਲੇ ਕਟਵੱਧ ਹਰ ਖੇਤਰ ਵਿੱਚ ਹੀ ਇਸ ਫਿਲਮ ਨੇ ਅਵਾਰਡ ਲਿਆ ਇਸ ਵਰੀ ਦੀ ਦੂਜੀ ਵੱਡੀ ਫਿਲਮ ਮوسیਕਾਰ ਸੀ ਇਹ ਫਿਲਮ ਨਿਰੀ ਆਪਣੇ ਸੰਗੀਤ ਉੱਤੇ ਹੀ ਕਾਮਯਾਬ ਹੋਈ ਮੈਡਮ ਨੂਰ ਜਹਾ ਜਿਵੇਂ ਇਸ ਫਿਲਮ ਦੇ ਗੀਤ ਗਾਏ ਉਹਨਾਂ ਨੂੰ ਜਾਦੂ ਭਰੀ ਗਾਇਕੀ ਹੀ ਕਿਹਾ ਜਾ ਸਕਦਾ ਹੈ ਨੰਬਰ 1 ਤੂੰ ਜੁਗ-ਜੁਗ ਜਿਉ ਮਹਾਰਾਜ ਰੇ ਹਮ ਤੇਰੀ ਨਗਰੀਆ ਮੇ ਆਏ ਇੰਗੀ ਸਲੀਮ ਰਜ਼ਾ ਹੁਰਾਂ ਦੀ ਆਵਾਜ਼ ਵਿੱਚ ਇਸ ਸ਼ਹਿਰ ਖਰਾਬੀ ਮੇ ਅਮ ਇਸ਼ਕ ਕੇ ਮਾਰੇ ਜ਼ਿੰਦਾ ਹੈ ਇਹ ਬਾਤ ਬੜੀ ਬਾਤ ਹੈ ਪਿਆਰੇ ਫਿਰ ਮੈਡਮ ਦੇ ਗਾਏ ਹੋਏ ਇਸ ਗੀਤ ਤਾਂ ਅੰਤ ਹੀ ਕਰ ਦਿੱਤੀ ਗਾਏ ਕੀ ਦੁਨੀਆ ਗੀਤ ਮੇਰੇ ਸੁਰੀਲੇ ਰੰਗ ਮੇ ਨਿਰਾਲੇ ਰੰਗ ਮੇ ਘੁੰਗਟ ਇਸਵਰੀ ਦੀ ਇੱਕ ਹੋਰ ਵੱਡੀ ਫਿਲਮ ਸੀ ਫੋਟੋਗ੍ਰਾਫੀ ਸੰਗੀਤਕਾਰੀ ਅਤੇ ਨਿਗਰ ਸੁਲਤਾਨਾ ਤੇ ਸੰਤੋਸ਼ ਕੁਮਾਰ ਦੇ ਪਾਤਰਕਾਰੀ ਅੱਤ ਸੋਹਣੀ ਸੀ ਇਹ ਫਿਲਮ ਭਾਵੇਂ ਕਾਮਯਾਬ ਨਾ ਮੰਨੀ ਗਈ ਪਰ ਕਲਾ ਦਾ ਇੱਕ ਵੱਡਾ ਨਮੂਨਾ ਸੀ ਇਸ ਨੂੰ ਫਿਲਮ ਪਾਰਕ ਕਲਾਸਿਕੀ ਫਿਲਮ ਵਿੱਚ ਕਹਿੰਦੇ ਹਨ ਇਸ ਫਿਲਮ ਨੂੰ 4 ਐਵਾਰਡ ਵੀ ਦਿੱਤੇ ਗਏ ਬਾਅਦ ਵਿੱਚ ਇਸ ਫਿਲਮ ਨੂੰ ਖਵਾਜ ਖਰਸ਼ੀਦ ਅਨਵਰ ٹرسٹ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਫਿਲਮ ਤੇ ਇਹਦੇ ਗੀਤਾ ਤੋਂ ਹੋਵਣ ਵਾਲੀ ਕਮਾਈ ਨੂੰ ਸੰਗੀਤ ਦੇ ਵਧਾਵਾ ਵਾਸਤੇ ਵਰਤਿਆ ਜਾਵੇ। ਇਸ ਫਿਲਮ ਦਾ ਮਸ਼ਹੂਰ ਗੀਤ ਇੰਜ ਹੈ, ਕبھی ਤੂੰ ਵੀ, ਹਮ ਵੀ ਥੇ ਆਸ਼ਨਾ, ਤੁਮੇ ਯਾਦ ਹੋਕੇ ਨਾ। ਮਹਿਤਾਬ ਅਤੇ ਚੰਦਾ ਵੀ ਈਸਵਰੀ ਦੀਆਂ ਚਿੰਕੀਆਂ ਫਿਲਮਾਂ ਸਨ। ਈਸਵਰੀ ਪੰਜਾਬੀ ਜ਼ੁਬਾਨ ਦੀਆਂ 4 ਫਿਲਮਾਂ ਬਣੀਆਂ ਜਿਨ੍ਹਾਂ ਵਿੱਚੋਂ 3 ناکਾਮ ਤੇ 1 ਕਾਮਯਾਬ ਹੋਈ। ਕਾਮਯਾਬ ਹੋਣ ਵਾਲੀ ਫਿਲਮ ਦਾ ਨਾਮ ਸੀ ਚੌਧਰੀ ਇਸ ਫਿਲਮ ਦੇ ਹਿਦਾਇਤਕਾਰ ਮੁਜ਼ਫਰ ਤਾਹਿਰ ਤੇ ਸੰਗੀਤਕਾਰ ਤਫੀਲ farooq ਸੀ। ਕਲਾਕਾਰਾਂ ਵਿੱਚ ਨਗਮਾ, ਅਕਮਲ, ਲੈਲਾ, ਆਸਿਫ ਜਾ ਤੇ ਇlias ਕਸ਼ਮੀਰੀ ਸਨ। ਕਹਿਣ ਨੂੰ ਤਾਂ ਇਸ ਵਰੇ ਇਹ ਇੱਕ ਕਾਮਯਾਬ ਪੰਜਾਬੀ ਫਿਲਮ ਸੀ ਪਰ ਹੱਕੀ ਗੱਲ ਇਹ ਹੈ ਭਈ ਇਹ ਵਰ੍ਹਾ ਵੀ ਪੰਜਾਬੀ ਫਿਲਮਾਂ ਵਾਸਤੇ ਕੋਈ ਚੰਗਾ ਵਰ੍ਹਾ ਸਾਬਤ ਨਹੀਂ ਸੀ। ਇਸ ਵਰੇ 5 ਮਈ ਨੂੰ ਹਿਦਾਇਤਕਾਰ ਫਿਦਾ ਯਸਦਾਨੀ ਕਰਾਚੀ ਵਿੱਚ ਰੱਬ ਨੂੰ ਪਿਆਰੇ ਹੋ ਗਏ ਜਦ ਕਿ ਰਾਣਾ ਬਸ਼ੀਰ ਮਾਵਨ ਹਿਦਾਇਤਕਾਰ 5 ਮਾਰਚ ਨੂੰ ਲਾਹੌਰ ਵਿੱਚ ਚੱਲ ਵਸੇ ਇਸ ਫਿਲਮ ਦੀ ਖੋਜ ਪਰਖ ਵਿੱਚ ਵਰਤੇ ਜਾਣ ਵਾਲੇ ਕਿਤਾਬਾਂ ਰਸਾਲੇ ਅਖਬਾਰ ਤੇ ਰਿਸਰਚ ਆਰਟੀਕਲਸ ਦੇ ਹਵਾਲੇ ਵੰਗੀ ਪਾਰੋਂ ਫਿਲਮ ਬਿਰਹੰਦਾ ਪੋਸਟਰ ਵਿੱਚ